ਪੰਜ ਸਾਲ ਪਛਤਾਉਣੇ ਆ, ਪੰਜ ਸਾਲ। ਕਿੰਨੀ ਵਧੀਆ ਸਰਕਾਰ ਚੱਲ ਰਹੀ ਸੀ, ਰੋਜ਼ ਡਿਵੈਲਪਮੈਂਟ, ਤੁਹਾਨੂੰ ਗ੍ਰਾਂਟਾਂ ਆਉਣੀਆਂ ਸੀ, ਚੀਜ਼ਾਂ ਬਣ ਰਹੀਆਂ ਸੀ, ਹਰ ਸਹੂਲਤ ਸੀ। ਕੈਪਟਨ ਅਮਰਿੰਦਰ ਨੇ ਝੂਠੀ ਸਹੁੰ ਖਾ ਲਈ ਤੇ ਸਾਰੇ ਕਹਿੰਦੇ ਐਕਚੁਅਲੀ ਕਾਂਗਰਸ ਕੈਪਟਨ ਨੂੰ ਬਣਾ ਦਿਓ ਤੇ ਪੰਜ ਸਾਲ ਬ੍ਰੇਕਾਂ ਲੱਗ ਗਈਆਂ, ਜਿਹੜੀਆਂ ਸੜਕਾਂ ਬਣੀਆਂ ਸੀ ਰੁਕ ਗਈਆਂ, ਸਾਰਾ ਕੁਛ ਰੁਕ ਗਿਆ। ਉਹਦੇ ਬਾਅਦ ਲੋਕਾਂ ਨੇ, ਦੂਜੀਆਂ ਨੈਸ਼ਨਲ ਪਾਰਟੀਆਂ ਨੇ ਸੋਚਿਆ ਕਿ ਪੰਜਾਬ ਦੇ ਲੋਕ ਤਾਂ ਗੱਲਾਂ 'ਚ ਬੜੀ ਛੇਤੀ ਆਉਂਦੇ ਆ, ਆਹ ਝਾੜੂ ਵਾਲੇ ਆ ਗਏ। ਝਾੜੂ ਵਾਲੇ ਨੇ ਸੋਚਿਆ ਆਪਾਂ ਵੀ ਠੱਗੀ ਮਾਰ ਲਈਏ, ਉਹ ਵੀ ਆ ਗਏ। ਇਕੱਲੇ ਕੰਧਾਂ ਤੇ ਲਿਖਿਆ ਇੱਕ ਮੌਕਾ ਝਾੜੂ ਨੂੰ ਦੇ ਦਿਓ, ਐਂ ਨਹੀਂ ਦੇਖਿਆ ਉਮੀਦਵਾਰ ਕਿਹੜਾ, ਉਮੀਦਵਾਰ ਤਾਂ ਦੇਖਿਆ ਨਹੀਂ ਤੁਸੀਂ। ਝਾੜੂ 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 ਕਰਦੇ ਕਰਦੇ 92 ਸੀਟਾਂ ਦਵਾ ਦੀਆਂ ਤੇ ਹੁਣ ਲੱਭਦੇ ਹੋ ਕਿਤੇ ਕੈਪਟਨ। ਕੈਪਟਨ ਉਹ ਕਹਿੰਦਾ ਸੀ 1000 ਰੁਪਇਆ ਦਊਂਗਾ, 2500 ਦਊਂਗਾ, ਯੇ ਦਊਂਗਾ, ਵੋ ਦਊਂਗਾ। ਉਹ ਅਕਾਲੀ ਦਲ ਹੀ ਸੱਚਾ ਸੁੱਚਾ ਜਿਹੜਾ ਜੋ ਜਵਾਨ ਕਰਦਾ ਖੜਦਾ। ਅਕਾਲੀ ਦਲ ਕਿਉਂ ਖੜਦਾ? ਕਿਉਂਕਿ ਸਾਡਾ ਘਰ ਹੈ, ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ, ਰਹਿਣਾ ਇੱਥੇ ਹੈ। ਇੰਨਾ ਮੰਗੂ ਨਹੀਂ ਕਿ ਜੇ ਨਾ ਗੱਲ ਬਣੀ ਤੇ ਦੁਕਾਨ ਬਦਲ ਕੇ ਅਸੀਂ ਹੋਰ ਸੂਬੇ 'ਚ ਲੈ ਜਾਵਾਂਗੇ। ਆ ਝਾੜੀਆਂ ਨੂੰ ਪਤਾ ਕਿ ਅੱਗੇ ਤੋਂ ਵੋਟ ਪੈਣੀ ਨਹੀਂ ਤੇ ਹੁਣ ਜਿੰਨਾ ਲੁੱਟ ਲਓ। ਅੱਜ ਹੋ ਕੀ ਰਿਹਾ ਹਾਲਾਤ, ਨਸ਼ਾ ਘਰ ਘਰ ਪਹੁੰਚਾ ਤਾ। ਮੈਂ SSP ਨੂੰ ਪੁੱਛਿਆ, SSP ਕਹਿਣ ਲੱਗਿਆ ਜੀ ਕੀ ਕਰੀਏ, ਸਾਡੇ MLA ਫੜ ਨਹੀਂ ਦਿੰਦੇ ਨਸ਼ੇ ਵੇਚਣ ਵਾਲੇ ਨੂੰ, ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਆ, ਕੋਈ 10 ਲੱਖ ਲਈ ਜਾਂਦਾ, ਕੋਈ 15 ਲੱਖ ਮਹੀਨਾ ਲਈ ਜਾਂਦੇ ਆ। ਆ ਹਾਲਾਤ ਬਣ ਗਏ, ਗੁੰਡਾ ਗਰਦੀ ਦਾ ਰਾਜ ਹੈ, ਫਰੌਤੀਆਂ ਲਈ ਜਾ ਰਿਹਾ। ਮੈਂ ਜਿਹੜੇ ਸ਼ਹਿਰ ਜਾਂਦਾ, ਬਾਗੇ ਪੁਰਾਣੇ ਗਿਆ, ਮੇਰੇ ਕੋਲ ਵਪਾਰੀ ਆਏ ਕਿ ਸਾਨੂੰ ਕੋਈ 10 ਲੱਖ ਲੈ ਗਿਆ, ਕੋਈ 20 ਲੱਖ ਲੈ ਗਿਆ। ਖੋ ਕੇ ਆ ਪੰਜਾਬ ਆਪਣਾ ਕਿਹਨੇ ਰਹਿਣਾ ਇੱਥੇ? ਸਾਰੇ ਵਪਾਰੀ ਆਪਣਾ ਵਪਾਰ ਛੱਡ ਕੇ ਦੂਜੇ ਸੂਬਿਆਂ ਜਾਣ ਲੱਗ ਗਏ। ਕਿ ਆਪਾਂ ਆਪਣੇ ਕੌਮ ਨੂੰ, ਆਪਣੇ ਪੰਜਾਬ ਖਤਮ ਕਰ ਦੇਣਾ? ਜੇ ਤੁਹਾਨੂੰ ਪਤਾ ਹੈ ਕਿ ਸਾਰਾ ਕੁਛ ਤੁਹਾਡਾ ਆਪਣਾ ਬਣਾਉਣ ਵਾਲਾ ਅਕਾਲੀ ਦਲ ਹੈ, ਤਜਰਬੇ ਕਿਉਂ ਕਰਦੇ ਹਾਂ ਆਪਾਂ? ਆਪਣੇ ਤੋਂ ਸਿਆਣੇ ਗੁਜਰਾਤੀ ਹੈ, ਗੁਜਰਾਤੀ ਆਪਣੇ ਤੋਂ ਸਿਆਣੇ ਹੈ। 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਬਣਾਉਂਦੇ, ਉਹਨਾਂ ਨੂੰ ਪਤਾ ਹੈ ਕਿ ਜੋ ਕੁਛ ਮਿਲਦਾ ਮੋਦੀ ਨੇ ਦੇਣਾ ਸਾਨੂੰ, ਸਾਨੂੰ ਲੋੜ ਹੀ ਨਹੀਂ। ਆ ਝਾੜੂ ਵਾਲੇ ਵੀ ਉੱਥੇ ਗਏ ਸੀ ਠੱਗੀ ਮਾਰਨ, ਪਰ ਜੁੱਤੀਆਂ ਮਾਰ ਕੇ ਭਜਾਤਾ ਉਹਨਾਂ ਨੇ। ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ, ਬਚਾ ਲਓ ਪੰਜਾਬ। ਜੇ ਆਪਣਾ ਘਰ ਹੈ, ਜੇ ਆ ਖਤਮ ਹੋ ਗਿਆ ਪੰਜਾਬ, ਆਪਾਂ ਸਾਰੇ ਡੁੱਬ ਜਾਵਾਂਗੇ। ਫਿਰ ਕੋਈ ਸੁਖਬੀਰ ਸਿੰਘ ਬਾਦਲ ਦੀ ਗੱਲ ਨਹੀਂ, ਜਦੋਂ ਆਪਣੇ ਮੱਖਣ ਦੀ ਗੱਲ ਨਹੀਂ ਹੈ, ਕਿਸੇ ਹੋਰ ਦੀ ਗੱਲ ਨਹੀਂ ਹੈ, ਗੱਲ ਤੁਹਾਡੀ ਹੈ, ਤੁਹਾਡੀ ਵਕਾਰ ਦੀ ਗੱਲ ਹੈ, ਤੁਹਾਡੇ ਪੰਜਾਬ ਦੀ ਹੈ। ਅੱਜ ਦੇਖੋ ਤੁਹਾਡਾ ਕੀ ਹਾਲ ਹੈ। ਆਪਣੇ ਕਿਸਾਨ ਤੁਹਾਨੂੰ ਬਾਰਡਰ ਨਹੀਂ ਟੱਪਣ ਦਿੰਦੇ, ਕਿਉਂ ਨਹੀਂ ਟੱਪਣ ਦਿੰਦੇ? ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ, ਤੁਸੀਂ ਦੇਖ ਲਓ, ਭਗਵੰਤ ਮਾਨ ਤੇ ਅਮਿਤ ਸ਼ਾਹ ਇਕੱਠੇ ਹੋ ਕੇ ਤੁਹਾਨੂੰ ਬਾਰਡਰ ਤੇ ਨਹੀਂ ਟੱਪਣ ਦਿੱਤਾ। ਜੇ ਅਕਾਲੀ ਸਰਕਾਰ ਹੁੰਦੀ, ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਪੰਜਾਬ ਦੇ ਬਾਰਡਰ ਤੇ ਬੈਰੀਅਰ ਲਾ ਦੇਣ? ਹਿੰਮਤ ਨਹੀਂ ਹੋਣੀ ਸੀ। ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਦਾ, ਜਿਹੜਾ ਆਪਾਂ ਭੁੱਲ ਜਾਂਦੇ ਹਾਂ। ਆ ਫੋਟੋ ਪਤਾ ਯਾਦ,
ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਫੋਟੋ ਆ ਕਦੋਂ 1 ਜੂਨ ਨੂੰ, 1 ਜੂਨ ਹੈ, 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਆ ਦੇਖੋ ਪਰ ਹੁਣ ਕੀ, ਪਰ ਜਸਦਾਰ ਜੀ 3 ਵਾਰ ਉਹਦੇ ਬਾਅਦ ਤੁਸੀਂ ਕਾਂਗਰਸ ਦੀ ਸਰਕਾਰ ਬਣਾ ਦੀ ਆਪਣੇ ਸੂਬੇ ਜਿੱਥੇ ਟੈਂਕਾਂ ਤੋਪਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਏ ਉੱਥੇ ਆਪਣੇ ਹੀ ਸਿੱਖਾਂ ਨੇ ਉਹਨਾਂ ਨੂੰ ਸਰਕਾਰ ਬਣਾ ਦੀ। ਫਿਰ 40 ਸਾਲ ਪਹਿਲੇ ਆਪਣੇ ਭੈਣ ਭਰਾ ਭਾਵੇਂ ਕਾਨਪੁਰ, ਨਾਗਪੁਰ, ਕਲਕੱਤੇ ਜਿੱਥੇ ਕੋਈ ਸਿੱਖ ਦਿਖਦਾ ਸੀ ਉਹਨੂੰ ਗਲਾ ਫੜ ਕੇ ਅੱਗ ਲਾ ਦਿੰਦੇ ਹੁੰਦੇ ਸੀ। ਇੱਕ ਬੰਦੇ ਕਾਂਗਰਸ ਨੇ ਉਹਨਾਂ ਲੀਡਰ ਇੱਕ ਵੀ ਫੜ ਨਹੀਂ ਦਿੱਤਾ ਦਿੱਲੀ ਵਾਲੀਆਂ ਪਾਰਟੀ ਨੇ, ਤੇ ਫਿਰ ਵੀ ਆਪਾਂ ਵੋਟਾਂ ਪਾਉਣੀ ਹੈ। ਜੇ ਉਸੇ ਦਿਨ ਵੋਟਾਂ, ਜੇ ਉਸੇ ਦਿਨ ਵੋਟਾਂ ਤੇ ਫਿਰ ਨਹੀਂ ਬਦਲਾ ਲਓਗੇ, ਫਿਰ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ। ਦੇਖੋ ਮੁਸਲਮਾਨ ਭਾਈਚਾਰਾ ਭਾਵੇਂ ਕੁਛ ਮਰਜ਼ੀ ਹੋ ਜਾਏ ਬੀਜੇਪੀ ਨੂੰ ਨਹੀਂ ਵੋਟ ਪਾਉਂਦਾ, ਕਿਉਂਕਿ ਉਹ ਸੋਚਦੇ ਆ ਕਿ ਬਾਬਰੀ ਮਸਜਿਦ ਸਾਡੀ ਢਾਈ ਹੈ, ਇੱਥੇ ਜਿਹੜਾ ਆਊਗਾ, ਜਿਹੜਾ ਸਿੱਖ ਆਊਗਾ ਨਾਲ ਖੜਿਆ ਹੋਊਗਾ, 2 ਗਨਮੈਨ ਪਿੱਛੇ ਕਾਂਗਰਸ ਸ਼ਾਮਿਲ ਹੋ ਜਾਂਦੇ ਹੈ। ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਭੁੱਲੋ ਨਾ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਆਹ ਕੋਈ ਮੁੱਖ ਮੰਤਰੀ ਹੈ ਭਗਵੰਤ ਮਾਨ? ਕਿੱਥੇ ਬਾਦਲ ਸਾਹਿਬ, ਕਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 22 ਸਾਲ ਮੁੱਖ ਮੰਤਰੀ ਕੀਤੀ ਸੀ? ਤੁਹਾਡੇ ਘਰਾਂ ਜਾ ਕੇ ਲੀਡਰ ਇੱਕ ਰਾਤ ਨੂੰ ਨਹੀਂ ਬਣਦਾ, ਲੀਡਰ ਬਣਦਾ ਜਿਹੜਾ ਅੱਗ ਵਿੱਚੋਂ ਨਿਕਲੇ, ਤੂਫਾਨਾਂ ਦਾ ਸਾਹਮਣਾ ਕਰੇ। ਤੁਸੀਂ ਤਾਂ ਇੱਕ ਦਿਨ ਚ ਮੁੱਖ ਮੰਤਰੀ ਬਣਾ, ਲੀਡਰ ਬਣਾਉਣਾ ਚਾਹੁੰਦੇ ਸੀ, ਇੱਕ ਦਿਨ ਚ ਬਣਾਉਣਾ ਚਾਹੁੰਦੇ ਸੀ ਬਾਦਲ ਸਾਹਿਬ? ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ, ਤੁਹਾਡੇ ਸਾਰਿਆਂ ਦੇ ਹਰ ਦੂਜੇ ਘਰ ਦੇ ਵਿੱਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ, ਤੁਹਾਡੇ ਘਰੇ ਚਾਹ ਪੀਂਦੇ ਪਿਛਲੇ 70 ਸਾਲਾਂ ਚ। ਇੱਥੇ ਮਿਲ ਗਿਆ ਇੱਕ ਸ਼ਰਾਬੀ, ਆ ਪੁਲਿਸ ਵਾਲੇ ਬੈਠੇ ਹੈ, ਅਸਾਰ ਸਾਹਿਬ ਥਾਣੇਦਾਰ ਕੀ ਹੈ, ਹੌਲਦਾਰ ਸਾਹਿਬ, ਮੈਨੂੰ ਲੱਗਦਾ ਭਰਤੀ ਮੈਂ ਹੀ ਕੀਤਾ ਹੋਣਾ ਤੈਨੂੰ, ਅਕਾਲੀ ਸਰਕਾਰ ਚ ਹੋਏ ਨਾ, ਆ ਜਿੰਨੇ ਪੁਲਿਸ ਵਾਲੇ 50% ਅਕਾਲੀ ਸਰਕਾਰ ਚ ਮੈਂ ਭਰਤੀ ਕੀਤੇ ਆ। ਅੱਛਾ ਇਹਨਾਂ ਨੂੰ ਪੁੱਛ ਲਓ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਟਰੈਕਟਰ ਤੂੰ ਫੜ ਕੇ ਅੰਦਰ ਕਰ ਦਿੰਦੇ ਹੋ, ਕਰ ਦਿੰਦੇ? ਤੁਹਾਡਾ ਮੁੱਖ ਮੰਤਰੀ ਰੋਜ਼ ਦਾਰੂ ਪੀ ਕੇ ਇੱਕ ਬੋਤਲ, ਸਰਕਾਰ ਚਲਾਉਂਦਾ ਉਹਨੂੰ ਅੰਦਰ ਕਿਉਂ ਨਹੀਂ ਕਰਦੇ? ਉਹ ਯਾਰ ਝਾੜੂ ਵਾਲੇ ਤਾਂ ਵਧੀਆ ਹੈ ਜੇ ਪਾਗਲ ਮਲੰਗ ਇਕੱਠੇ ਹੋਏ ਆ। ਮੈਂ ਤਾਂ ਕਹਿੰਦਾ ਤੈਨੂੰ ਜਮਾਂ DIG ਬਣਾ ਦੂੰਗਾ, ਜਦੋਂ ਆਇਆ ਨਾ ਮੂੰਹ ਚ ਪਾ ਦੀ ਪਾਈ ਉਹ ਮਸ਼ੀਨ ਜੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆ ਝਾੜੂ ਵਾਲਾ ਭਗਵੰਤ ਮਾਨ ਤੁਹਾਡਾ ਇੱਕ ਬਹੁਤ ਵੱਡਾ ਨੁਕਸਾਨ ਕਰਨ ਲੱਗਿਆ। ਕਾਂਗਰਸ ਪਾਰਟੀ ਨੇ ਰਾਜਸਥਾਨ ਨੂੰ ਅੱਧਾ ਪਾਣੀ ਦੇਤਾ, ਹੁਣ ਭਗਵੰਤ ਮਾਨ ਹਰਿਆਣੇ ਤੇ ਦਿੱਲੀ ਨੂੰ ਦੇਣ ਲੱਗਿਆ। ਤੁਸੀਂ ਅਖਬਾਰਾਂ ਚ ਪੜ੍ਹਿਆ
ਪਿਛਲੇ ਇੱਕ ਮਹੀਨੇ ਦੇ ਅੰਦਰ 400 ਨਹਿਰੀ ਪਟਵਾਰੀ ਇਹਨਾਂ ਨੇ ਕੱਢਤੇ ਹੈ। ਕਿਉਂ ਕੱਢੇ ਹੈ? ਕਿਉਂਕਿ ਸੁਪਰੀਮ ਕੋਰਟ 'ਚ ਕੇਸ ਲੱਗਿਆ SYL ਨਹਿਰ ਦਾ। ਭਗਵੰਤ ਮਾਨ ਪਾਣੀ ਦੇਣਾ ਚਾਹੁੰਦਾ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਪਾਣੀ ਹੈਗਾ ਕਿ ਨਹੀਂ ਹੈਗਾ। ਭਗਵੰਤ ਮਾਨ ਨੇ ਬੁਲਾ ਕੇ ਨਹਿਰੀ ਪਟਵਾਰੀ ਨੂੰ ਕਿਹਾ ਤੁਸੀਂ ਲਿਖ ਕੇ ਦਿਓ ਕਿ ਪਾਣੀ ਸਾਡੇ ਕੋਲ ਵਾਧੂ ਹੈ। ਪਟਵਾਰੀ ਜਿਨ੍ਹਾਂ ਨੇ ਕਿਹਾ ਸੀ ਨਹੀਂ ਲਿਖਣਾ, ਉਹਨਾਂ ਨੂੰ ਨੌਕਰੀ ਚੋਂ ਕੱਢਤਾ। ਹੁਣ ਐਜ ਏ ਮੁੱਖ ਮੰਤਰੀ ਵੋਟ ਦਓਗੇ, ਇੱਥੇ ਇੱਕ ਟੇਲ ਤੇ ਵੀ ਨਹੀਂ ਪਾਣੀ ਆਉਣਾ ਤੁਹਾਡਾ। ਤੁਹਾਡੇ ਕੋਲ ਪਾਣੀ ਲੈਣਾ ਜੇ ਭਗਵੰਤ ਮਾਨ ਆ ਲਿਖ ਕੇ ਦੇ ਦਿੰਦਾ ਜਿਹੜਾ ਕਰਨ ਲੱਗੇ ਹੈ। ਇਸ ਕਰਕੇ ਵਿਚਾਰੋ ਪੰਜਾਬ, ਆਪਣੀ ਫੌਜ ਅਕਾਲੀ ਦਲ ਹੈ। ਆ ਕੋਈ ਮੇਰੀ ਜਾਇਦਾਦ ਨਹੀਂ, ਤੁਹਾਡੀ ਜਾਇਦਾਦ ਹੈ। ਤੁਹਾਡੇ ਬਜ਼ੁਰਗਾਂ ਨੇ ਅਕਾਲੀ ਦਲ ਖੜਾ ਕੀਤਾ, ਸ਼ਹਾਦਤਾਂ ਦੇ ਕੇ, ਕੁਰਬਾਨੀਆਂ ਦੇ ਕੇ। ਤੋ ਇਸ ਕਰਕੇ ਅਕਾਲੀ ਦਲ ਤਾਂ ਖੜਾ ਹੋਊਗਾ ਜੇ 13 ਦੀਆਂ 13 ਸੀਟਾਂ ਪਾਰਲੀਮੈਂਟ ਜਿਤਾ ਦਿਓ। ਇਕੱਲੇ ਲੜ ਰਿਹਾ, ਤੁਹਾਡੇ ਸਿਰ ਤੇ ਲੜ ਰਿਹਾ। ਰਾਜਵਿੰਦਰ ਤੁਹਾਡੇ ਹਲਕੇ ਦਾ ਉਮੀਦਵਾਰ ਹੈ, ਇਹਦੋਂ ਵਧੀਆ ਕੋਈ ਹੈ? ਆ ਝਾੜੂ ਆ ਜਿਹੜਾ ਝਾੜੂ ਵਾਲਾ ਉਮੀਦਵਾਰ ਹੈ, ਆ ਤਾਂ ਭਗਵੰਤ ਮਾਨ ਦਾ ਡੁਪਲੀਕੇਟ ਹੈ। ਇਕੱਠੇ ਦਾਰੂ ਪੀਂਦੇ, ਇਕੱਠੇ ਉਲਟ ਕੰਮ ਕਰਦੇ, ਸਾਰੇ ਇਕੱਠੇ ਹੀ ਕਰਦੇ ਹੈ। ਹੁਣ ਇਹ ਜੇ ਬੰਦੇ ਨੂੰ ਬਣਾਉਂਦੇ, ਇੱਕ ਨੇ ਸੂਬਾ ਡਬੋਦਾ, ਇੱਕ ਤੁਹਾਡਾ ਜ਼ਿਲ੍ਹਾ ਡਬੋਦੂਗਾ। ਇਸ ਕਰਕੇ ਆਪਣਾ ਟਕਸਾਲੀ ਅਕਾਲੀ ਪਰਿਵਾਰ ਤੋਂ ਰਾਜਵਿੰਦਰ ਹੈ, ਨਿਹਾਲ ਸਿੰਘ ਵਾਲਿਆਂ, ਐਕੀ ਉਹ ਝਾੜੂ ਦੀ ਬਿਮਾਰੀ ਬਿਲਕੁਲ ਖਤਮ ਕਰ ਦਿਓ। ਜਿਹੜੀ ਕੋਈ ਸਪਰੇ ਕਰਨੀ ਆਪ ਹੀ ਲੱਭ ਲੋ ਕਿਹੜੀ ਸਪਰੇ ਹੈ, ਪਾ ਕੇ ਮੈਨੂੰ ਇੱਥੋਂ ਲੀਡ ਘੱਟ ਤੋਂ ਘੱਟ 15,000 ਚਾਹੀਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।